ਪਤਾ ਕੀ ਮੇਰਾ ਉੱਧਰ ਹੱਥ ਨਹੀਂ ਪੈਂਦਾ ਪਿਆ ਅਤੇ ਉਹ ਵਾਲਾ ਪਾਸਾ ਤੇਰਾ ਰਹਿ ਜਾਣਾ ਜੀ ਉਹ ਵਾਲੇ ਪਾਸਿਓਂ ਤੂੰ ਫੜੀ ਜਾਣਾ ਜੀ ਮੋਇਸਚਰਾਈਜ਼ਰ ਲਾ ਲਿਆ ਨਹੀਂ ਪਹਿਲਾਂ ਮੈਨੂੰ ਇਹ ਦੱਸ ਯੂਜ਼ ਕਿਹੜੀਆਂ ਚੀਜ਼ਾਂ ਕਰਨੀਆਂ ਇੱਥੇ ਬਹੁਤ ਜ਼ਿਆਦਾ ਪਿਆਰੀ ਜੋ ਤੇਰਾ ਦਿਲ ਕਰਦਾ ਕੁਝ ਵੀ ਕਰ ਲਓ ਜਿਹੜਾ ਬ੍ਰਾਂਡ ਤੁਹਾਨੂੰ ਨੌਨ ਲੱਗਦਾ ਜਾਂ ਜਿਹਦਾ ਨਾਮ ਸੁਣਿਆ ਹੋਇਆ ਚੌਂਕੜੀ ਮਾਰ ਕੇ ਬਹਿਣ ਲੱਗੀਆਂ ਮੈਂ ਹੁਣ ਯਾਰ ਕਰ ਦੋ ਹਾਂ ਤੁਹਾਨੂੰ ਮੌਕਾ ਮਿਲਣ ਦਾ ਜਲੂਸ ਕੱਢਣ ਦਾ ਫਿਰ ਓ ਯਾਰ ਪੜ ਤੇ ਲੋ ਹੁਣ ਮੈਨੂੰ ਅੰਨਾ ਨਾ ਕਰ ਦਿਓ ਆ ਕੀ ਆ ਨੇਲ ਪੋਲਿਸ਼ ਰਿਮੂਵਰ ਆਓ ਆ ਸਾਲਾ ਇੱਥੇ ਕਿਉਂ ਰੱਖਿਆ ਯਾਰ ਮੈਨੂੰ ਇਦਾਂ ਨੇਲ ਪੋਲਿਸ਼ ਸਮ ਟਾਈਮ ਜਿੱਦਾਂ ਹੁੰਦਾ ਨਾ ਆਉਂ ਆਉਂ ਮੈਂ ਮੇਰੇ ਹੱਥ ਲੱਗ ਗਿਆ ਸਿੰਪਲਿਸਿਟੀ ਨੂੰ ਬਾਹਰ ਲੈ ਜਾਊਗਾ ਉਹ ਤੇ ਪਹਿਲੇ ਬਾਹਰ ਆਈ ਹੋਈ ਆ ਨਾ ਨਾ ਕਰੋ ਯਾਰ ਕੀ ਕਰਨ ਨੇ ਬੋਰ ਕਰੀ ਜਾਂ ਨੇ ਤੁਸੀਂ ਤੇ ਬਰੀਕੀ ਵਾਲ ਬਰੀਕੀ ਜੇ ਧਿਆਨ ਰੱਖਿਆ ਜਾਊਗਾ ਓਕੇ ਦੇਖਦੇ ਠੀਕ ਆ ਜਲਦੀ ਕਰੋ ਹੱਥ ਵਧਾਓ ਨਾ ਤੁਹਾਡੇ ਵਾਲੇ ਗੱਪਾਂ ਹੀ ਮਾਰਦਾ ਰਹੇ ਲੋਕਾਂ ਦਾ ਇਵੈਂਟ ਹੀ ਨਿਕਲ ਜਾਏ ਇੰਨੀ ਦੇਰ ਤੱਕ ਕੀ ਕਰੀ ਜਾਂ ਉਹ ਯਾਰ ਮੈਨੂੰ ਦੇਖ ਤਾਂ ਲੈਂਦੇ ਹੈਗਾ ਕੀ ਆ ਇੱਥੇ ਪਿਆ ਦੋਸਤੋ ਬਾਹਰ ਧੁੱਪ ਹੈ ਸੋ ਕਭੀ ਆ ਜਾਂਦੀ ਕਭੀ ਚਲੀ ਜਾਂਦੀ ਤੋ ਰੋਸ਼ਨੀ ਮੈਨੇਜ ਕਰਨਾ ਪੜੇਗਾ ਕਿਉਂਕਿ ਹਮ ਨੈਚੁਰਲ ਲਾਈਟ ਯੂਜ਼ ਕਰ ਰਹੇ ਹਾਂ ਔਰ ਸਭ ਤੋਂ ਪਿੱਛੋਂ ਚੱਕਿਆ ਮੈਂ ਓ ਯਾਰ ਆ ਬਹੁਤ ਭੈੜਾ ਹੈ ਕੀ ਗੱਲ ਫਿਰ ਨਹੀਂ ਯਾਰ ਤੁਸੀਂ ਆ ਇੰਨੇ ਸੋਹਣੇ ਸੋਹਣੇ ਪਏ ਆ ਓ ਯਾਰ ਆ ਨਹੀਂ ਤੇ ਮੈਨੂੰ ਕੰਮ ਹੀ ਨਹੀਂ ਤੇ ਬਹੁਤ ਭੈੜਾ ਫਾਊਂਡੇਸ਼ਨ ਗਲਤੀ ਹੋ ਗਈ ਹਾਂ ਬਸ ਓ ਚਲ ਠੀਕ ਹੈ ਨਾਟ ਬੈਡ ਬੋਲੋ ਨਾ ਕੀ ਯੂਜ਼ ਕਰਨ ਨੇ ਸਭ ਨੂੰ ਦੱਸੀਦਾ ਹੁੰਦਾ ਇਹ ਹੈਗੀ ਜੇ ਹੁਡਾ ਬਿਊਟੀ ਦੀ ਫਾਊਂਡੇਸ਼ਨ ਓਕੇ ਓਕੇ ਬਸ ਤੇ ਨਾ ਨਾ ਤੁਸੀਂ ਹੁਣ ਵੇਖੋ ਤੈਨੂੰ ਮੈਂ ਉਂਗਲੀ ਚਲਾ ਕਰਨਾ ਆ ਉਂਗਲੀਆਂ ਨਾ ਕਸਾਇਓ ਮੇਰੇ ਮੂੰਹ ਦੇ ਉੱਤੇ ਉਹ ਦੇਖੋ ਸਾਰੇ ਬ੍ਰਸ਼ ਪਏ ਆ ਜਿਹੜਾ ਮਰਜ਼ੀ ਯੂਜ਼ ਕਰੋ ਚੈੱਕ ਕਰ ਲਓ ਗੰਦਾ ਨਾ ਹੋਵੇ ਤੁਸੀਂ ਕਿੱਦਾਂ ਨਹੀਂ ਇਹ ਪਹਿਲਾਂ ਸਾਫ਼ ਕਰਕੇ ਰੱਖਣਾ ਦਿਖਾਓ ਵੀ ਨਾ ਸਭ ਨੂੰ ਓਕੇ ਬ੍ਰਸ਼ ਦੇ ਉੱਤੇ ਫਾਊਂਡੇਸ਼ਨ ਪਾ ਲਿਆ ਖੂਬ ਸਾਰਾ ਖੂਬ ਸਾਰਾ ਨਹੀਂ ਇੰਨਾ ਬਹੁਤ ਜ਼ਿਆਦਾ ਆ ਲੈ ਆ ਹਿਲਦਾ ਕਿਉਂ ਆ ਇਹ ਟੁੱਟਣ ਨਾ ਨਾ ਇਹਨੂੰ ਕਸੋ ਪਹਿਲਾਂ ਨਹੀਂ ਇਹ ਟੁੱਟਣ ਨਾ ਨਾ ਅੱਛਾ ਇੰਨਾ ਤਾਂ ਇੱਧਰ ਨੂੰ ਲਾਉਣਾ ਇੰਨਾ ਇੱਥੇ ਇੰਨਾ ਇੱਥੇ ਹੁਣ ਟੈਪ ਵਰਕ ਸਟਾਰਟ ਹੋਣਾ ਨਾ ਚ ਟਾਈਮ ਟੂ ਡੂ ਟੈਪਿੰਗ ਵਰਕ ਗਾਇਸ ਤੇ ਕੁੜੀਆਂ ਨੂੰ ਕਿਉਂ ਕਹਿ ਲੈਂਦੇ ਦਿਸ ਇਜ਼ ਫਨ ਆਈ ਲਾਈਕਿੰਗ ਇਟ ਮੈਂ ਕਦੀ ਨਹੀਂ ਕਿਸੇ ਤੋਂ ਮੇਕਅਪ ਕਰਾਇਆ ਬਾਉ ਪਿਛਲੀ ਵਾਰ ਵਰਸਟ ਆਰਟਿਸਟ ਤੋਂ ਕਰਾਇਆ ਸੀ ਨਾ ਉਹ ਵੀਡੀਓ ਲੋਕਾਂ ਨੇ ਬਹੁਤ ਪਸੰਦ ਕੀਤੀ ਹੁਣ ਤੂੰ ਬੈਸਟ ਆਰਟਿਸਟ ਤੋਂ ਕਰਾਉਣੀ ਹੈ ਹੁਣ ਵੀ ਵਰਸਟ ਆਰਟਿਸਟ ਆ ਉਹ ਤਾਂ ਬੈਸਟ ਆਰਟਿਸਟ ਅੱਛਾ ਉਹ ਲਾ ਤੂੰ ਸਫੇਦੀ ਦਾ ਬਸ ਇਹਦੇ ਨਾਲ ਇਹ ਆ ਦੱਸਣਾ ਥੋੜੀ ਨਾ ਮੈਂ ਕੋਈ ਉਹ ਲੈਸਨ ਨਹੀਂ ਦਿੰਦਾ ਪਿਆ ਆਪਾਂ ਕਰਨਾ ਬਸ ਕੰਸੈਂਟਰੇਟ ਇਨ ਨਹੀਂ ਵੈਸੇ ਠੀਕ ਹੀ ਲੱਗਦਾ ਤੁਸੀਂ ਬਸ ਕਰੋ ਹੁਣ ਤੁਸੀਂ ਮਟਾਉਣ ਲੱਗ ਪਏ ਲੱਗਦਾ ਹਾਂ ਮੈਨੂੰ ਮਿਟਣ ਨਹੀਂ ਲੱਗ ਪਿਆ ਹੁਣ ਚੱਕ ਕੁੜੀ ਜੇ ਪ੍ਰਾਈਮਰ ਪ੍ਰਾਈਮਰ ਕੀ ਗੱਲ ਹਾਂ ਠੀਕ ਆ ਉਹ ਜੇ ਪ੍ਰਾਈਮਰ ਪਹਿਲਾਂ ਨਹੀਂ ਹੁੰਦੇ ਅਨੂੰ ਪ੍ਰਾਈਮਰ ਨੂੰ ਆਪਾਂ ਅੱਜ ਸਕਿਪ ਕਰਾਂਗੇ ਹੈਨਾ ਇਹ ਪੜ ਲਿਆ ਕਰੋ ਨਾ ਚੀਜ਼ਾਂ ਕੀ ਆ ਬੂਸਟਿੰਗ ਕਰੀਮ ਖਤਮ ਹੋਈ ਵੀ ਹੈ ਮੋਇਸਚਰਾਈਜ਼ਰ ਆ ਉਹ ਸਭ ਤੋਂ ਪਹਿਲਾਂ ਲਾਉਂਦੇ ਉਹ ਤਾਂ ਲਾ ਲਿਆ ਸੀ ਤੁਸੀਂ ਮੇਕਅਪ ਕਰਨਾ ਤੇ ਮੇਰੀ ਸਕਿਨ ਕੇਅਰ ਵੱਲ ਧਿਆਨ ਆ ਮੈਂ ਚੱਕਿਆ ਜੇ ਕੁਝ ਯੈਲੋ ਮੈਚ ਯੈਲੋ ਮੈਚ ਲੂਜ਼ ਪਾਊਡਰ ਲਗਾ ਰਹੇ ਮੇਰੇ ਚਿਹਰੇ ਤੇ ਅਜੇ ਨਾ ਜਿਹੜਾ ਤੂੰ ਹੁਣ ਤੇ ਪਾਊਡਰ ਲਾ ਨਾ ਲਿਕੁਇਡ ਨਾ ਲਾ ਦਿਓ ਬਾਅਦ ਚ ਹੋਰ ਲਾ ਦੋ ਤੇ ਐਸੇ ਮੇਰੀ ਚਿੱਕੜੀ ਚਿੱਕੜ ਬਣਾ ਦੋ ਪਰ ਨਿਕਲਦਾ ਨਹੀਂ ਪਿਆ ਇਹ ਚ ਪਾਈਦਾ ਹੁੰਦਾ ਐਦਾਂ ਕਰ ਲਈਦਾ ਹੁੰਦਾ ਬਾ ਠੀਕ ਆ ਇੰਨਾ ਕੀ ਲਾਉਣਾ ਹੁੰਦਾ ਨਹੀਂ ਠੀਕ
ਯਾਰੀ ਕੀ ਕਰ ਰਹੀ ਤੂੰ ਹਾਏ ਇਹਨਾਂ ਸੈੱਟ ਹੋ ਗਿਆ ਨਾ ਕੀ ਗੱਲ ਆਈਬ੍ਰੋ ਤੇ ਆਈਬ੍ਰੋ ਸੈੱਟ ਓ ਯਾਰ ਤੂੰ ਤੇ ਦੂਜੇ ਪ੍ਰੋਡਕਟ ਦੀ ਤੇਰੀ ਜੜ ਪੁੱਟ ਗਈ ਆ ਤੂੰ ਹੀ ਤੇ ਕਹਿੰਦੇ ਮੈਂ ਬੈਸਟ ਆਰਟਿਸਟ ਨਹੀਂ ਤੇ ਮੈਨੂੰ 20-30 ਸਾਲ ਵੱਡੀ ਕਰਤਾ ਸੱਚ ਨਹੀਂ ਜਾਣਨ ਦੀ ਚੱਕਰ ਸੱਚ ਜੋ ਸੱਟ ਆਪ ਕਰ ਲੈ ਕਰੋ ਕਰੋ ਆਪ ਕਿ ਮੇਰਾ ਇੱਦਾਂ ਕੋਈ ਇੱਦਾਂ ਕੋਈ ਕਿਸੇ ਤੋਂ ਮੇਕਅਪ ਕਰਾਉਣ ਜਾਓ ਉਹਨੇ ਕਿਹੜਾ ਆਪ ਕਰ ਲਿਆ ਆ ਕੀ ਕਰ ਨਹੀਂ ਤੂੰ ਤੁਹਾਨੂੰ ਗੱਲ ਪੈਸੇ ਮੈਨੂੰ ਤਾਂ ਇਦਾਂ ਲੱਗਦੀ ਪਈ ਆ ਕਿ ਜਿੱਦਾਂ ਤੂੰ ਮੇਰੇ ਤੇ ਕੁਐਸਚਨ ਰੇਜ਼ ਕਰਦੀ ਪਈ ਆ ਤੇ ਹਰ ਕੋਈ ਕਰਦਾ ਪਿਆ ਕੁਐਸਚਨ ਰੇਜ਼ ਯਾਰ ਆਈਬ੍ਰੋਜ਼ ਦੇ ਵਿੱਚ ਪਾਊਡਰ ਪਾਊਡਰ ਉਹ ਮੈਂ ਕਰ ਦੂੰ ਕਲੀਨ ਮੇਰੇ ਕੋ ਹੈਗਾ ਜਨਤੇ ਓਕੇ ਓ ਯਾਰ ਨਹੀਂ ਮੈਂ ਕਰਨ ਡਿਆ ਸਹੀ ਉਧਰ ਇਧਰ ਨੂੰ ਕਰੀ ਓ ਯਾਰ ਦਿਸ ਇਜ਼ ਫਨ ਆ ਕੀ ਆ ਹਾਂ ਆਈ ਉਹ ਛੋਟਾ ਚੱਕ ਲਗਾ ਨਾ ਉਹ ਕਾਲਾ ਨਾ ਹੋਵੇ ਉਹਦੇ ਤੇ ਲਗਾ ਕਾਲੀਆਂ ਕਰ ਦੇ ਤੂੰ ਦੇ ਆ ਮੇਰੇ ਅੱਗੇ ਇੱਕ ਪੇਂਟਿੰਗ ਆ ਖਾਲੀ ਹੋਈ ਨਾ ਕੈਨਵਸ ਆ ਤੇ ਮੈਂ ਦੁਨੀਆ ਉਤਾਰ ਦੇਣੀ ਆ ਪੇਂਟਿੰਗ ਤੇ ਤੁਸੀਂ ਜਿਹੜੀ ਉਹ ਦੁਨੀਆ ਹੈ ਉਜਾੜ ਨਾ ਦਿਓ ਲੈ ਬੁਰਾਈ ਬਰੋ ਵੀ ਭਰ ਦਿੱਤੇ ਠੀਕ ਆ ਠੀਕ ਆ ਬਸ ਕਰੋ ਯਾਰ ਤੁਸੀਂ ਨੱਕ ਸਾਫ਼ ਕਰ ਲੈ ਹੁਣ ਆਪਾਂ ਸੈੱਟ ਕਰਨਾ ਸੈੱਟ ਹੋਰ ਕਿੰਨਾ ਕਰਨਾ ਪਹਿਲਾਂ ਨਹੀਂ ਉਹ ਪਾ ਕੇ ਲਾਈਕ ਸਪਰੇ ਉਹ ਤੇ ਐਂਡ ਤੇ ਕਰੀਦਾ ਆ ਐਂਡ ਹੋ ਗਿਆ ਐਂਡ ਕਾ ਆਈ ਮੇਕਅਪ ਕਰੋ ਹੁਣ ਨਾ ਪਹਿਲਾਂ ਪੈਨਸਲ ਤੋਂ ਸਟਾਰਟ ਕਰਨਾ ਕੰਮ ਆਪਾਂ ਆ ਕਿਹੜੀ ਪੈਨਸਲ ਆ ਜਿਹੜੀਆਂ ਅੱਖਾਂ ਦੇ ਐਣ ਵਿੱਚ ਚਲਾਉਂਦੇ ਮੈਂ ਹਿੰਦੀ ਚ ਕਿੱਦਾਂ ਮੇਰਾ ਪਰ ਇਹਦੇ ਲਈ ਦਿਖਦਾ ਪਿਆ ਆਈਬ੍ਰੋ ਚਿੱਟੇ ਕਰ ਦਿੱਤੇ ਸੀ ਅਤੇ ਕਾਲੇ ਕਰੂੰਗਾ ਨਾ ਆ ਪਹਿਲੇ ਪਹਿਲਾਂ ਸੁਣਨੀ ਆ ਯੂਜ਼ ਕਰਨੀ ਆ ਯੂਜ਼ ਪਰ ਇਹ ਤਾਂ ਬ੍ਰਸ਼ ਵੀ ਦੇ ਹੁਣ ਹੋ ਸਾਰੇ ਬ੍ਰਸ਼ ਪਏ ਜਿਹੜਾ ਦਿਲ ਕਰਦਾ ਲਾਓ ਸੋਚ ਸਮਝ ਕੇ ਰੰਗ ਲਾਓ ਆ ਬ੍ਰਸ਼ ਨਹੀਂ ਸਹੀ ਹੈਗਾ ਫਿਰ ਤੈਨੂੰ ਤਾਂ ਹੀ ਮੈਂ ਕਹਿਣਾ ਮੈਂ ਲੱਭ ਦੇ ਆ ਕਿੱਦਾਂ ਦਾ ਫਲੈਟ ਆ ਇਦਾਂ ਦੇ ਕੰਮਾਂ ਲਈ ਆ ਆ ਕੀ ਆ ਆ ਕਿੱਦਾਂ ਲਾਓਗੇ ਤੇ ਇਦਾਂ ਦੱਸ ਨਾ ਫਲਫੀ ਜਿਹਾ ਲੈ ਲਓ ਨਾ ਕੋਈ ਆ ਹਾਂ ਠੀਕ ਆ ਗਾਇਸ ਦੇਖੋ ਕਿਹੜੇ ਬ੍ਰਸ਼ ਨਾਲ ਮੇਰਾ ਮੇਕਅਪ ਕਰਨਾ ਚਾਹੁੰਦੇ ਆ ਨਹੀਂ ਨਾ ਹੋਗਾ ਚਪਟੀ ਬ੍ਰਸ਼ ਹੀ ਨਾ ਹੋਂ ਢਿੱਲਾ ਆ ਬੜੀ ਕਲਾਕਾਰੀ ਤੁਹਾਨੂੰ ਆਉਂਦੀ ਹੈ ਮੈਨੂੰ ਪਤਾ ਨਹੀਂ ਦੱਸ ਜਿਹੜਾ ਸਭ ਤੋਂ ਘੱਟ ਯੂਜ਼ ਹੋਇਆ ਮੈਂ ਉਹ ਯੂਜ਼ ਕਰੂੰਗਾ ਓਕੇ ਸੋ ਹਮ ਜੈਕਲਿਨ ਹਿਲ ਕੀ ਪੈਲੇਟ ਯੂਜ਼ ਕਰੇ ਉਹ ਕਹਿ ਰਹੇ ਕਿ ਜਿਸ ਮੇ ਸਭ ਸੇ ਕਮ ਯੂਜ਼ ਹੋਇਆ ਹੈ ਉਹ ਯੂਜ਼ ਕਰੇਂਗੇ ਆਮ ਸੌਰੀ ਹਿੰਦੀ ਪੰਜਾਬੀ ਸਮੈਸ਼ ਹੋ ਰਹਾ ਹੈ ਪਰ ਨਹੀਂ ਨਹੀਂ ਮੈਮ ਮੈਂ ਹਿੰਦੀ ਬੋਲੂੰਗਾ ਹਿੰਦੀ ਬੋਲਾਂ ਕੀ ਤੇ ਰੰਗ ਕਿਹੜਾ ਚੁਣ ਕੇ ਲਿਆਂਦਾ ਜਿਹੜਾ ਘੱਟ ਯੂਜ਼ ਹੋਇਆ ਜੋ ਕਮ ਯੂਜ਼ ਹੋਇਆ ਦੈਟਸ ਵਾਈ ਆਈ ਟੋਲਡ ਯੂ ਮੈਂ ਡਿਊਲ ਕਲਰ ਯੂਜ਼ ਕਰੂੰਗਾ ਓਕੇ ਲੱਗਦਾ ਮੁੱਕ ਗਿਆ ਤੁਹਾਡੇ ਬ੍ਰਸ਼ ਤੋਂ ਘੁਮਾਈ ਜਾਂਦੇ ਆ ਮੈਂ ਤੇ ਜਗ੍ਹਾ ਕਿਹੜੀ ਚੁਣਨੀ ਆ ਲਾਲ ਲਈ ਮਿਡਲ ਚ ਲਈ ਜਾਂਦੇ ਆਈਬ੍ਰੋ ਤੱਕ ਜੋ ਬਾਹਰ ਹੈ ਨਾ ਬਾਹਰ ਮੈਂ ਦੂਸਰਾ ਕਲਰ ਕੰਟਰਾਸਟ ਕਰੂੰਗਾ ਜੋ ਕਿ ਆਪਕੇ ਚਿਹਰੇ ਸੇ ਉਭਰ ਕੇ ਬਾਹਰ ਆਏਗਾ ਓਕੇ ਉਭਰ ਕੇ ਬਾਹਰ ਆਏਗਾ ਜਿੱਥੇ ਵੀ ਜਾਊਂਗੀ ਮੈਨੂੰ ਉਭਾਰ ਕੇ ਬਾਹਰ ਕੱਢ ਦੇਣਾ ਉਹਨਾਂ ਨੇ ਉਹਨੇ ਕਿਹੜਾ ਭਰਾ ਤੇਰੇ ਆਹ ਵਾਲਾ ਯੂਜ਼ ਕਰ ਸਕਦਾ ਮੈਂ ਹੁਣ ਨਾਲ ਹੁਣ ਇਦਾਂ ਨਾ ਹੋਵੇ ਕਿ ਆਖ ਡਿਫਰੈਂਟ ਹੋਇਆ ਨਹੀਂ ਇੱਧਰ ਵੀ ਲਾਉਣਾ ਦੂਜਾ ਬ੍ਰਸ਼ ਯੂਜ਼ ਕਰਨਾ ਸ਼ੁਰੂ ਕਰਨੇ ਫਿਰ ਤੁਹਾਨੂੰ ਭੁੱਲ ਜਾਣਾ ਇੱਧਰ ਕੀ ਕੀਤਾ ਸੀ ਮੈਂ ਆਉਣ ਨਹੀਂ ਲਿਆ ਤੇਰੀ ਕਲਾਕਾਰੀ ਜੋ ਆਉਂਦੀ ਹੈ ਯੇ ਹੋਗੀ ਸਿੰਗਲ ਪਰਤ ਪਰਤ ਕੀ ਹਾਂ ਲੇਅਰ ਕਹਿ ਦੋ ਲੇਅਰ ਲੇਅਰ ਯੇ ਹੋਗੀ ਸਿੰਗਲ ਲੇਅਰ ਓਕੇ ਦੋਸਤੋ ਐਸੀ ਲੇਅਰ ਲਗਾਤੇ ਵਕਤ ਧਿਆਨ ਰੱਖਣਾ ਹੈ ਕਿ ਜੋ ਕਲਰ ਆ ਉਹ ਇਧਰ ਸੇ ਉਧਰ ਉਧਰ ਸੇ ਇਧਰ ਨਾ ਜਾਏ ਓਕੇ ਇਟ ਹੈਜ਼ ਟੂ ਬੀ ਔਨ ਦਿ ਸਪੌਟ ਰਾਈਟ ਔਨ ਦਿ ਸਪੌਟ ਇਸਕੇ ਸਾਥ ਸ਼ੇਡ ਜੋ ਜਾਏਗੀ ਉਹ ਯੇ ਵਾਲੀ ਜਾਏਗੀ ਹਮ ਜ਼ਿਆਦਾ ਦਿਖਦੀ ਨਹੀਂ ਪਈ ਤੇ ਚਲੋ ਚੇਂਜ ਕਰ ਲੈਂਦੇ ਹਾਂ ਬਲੂ ਕਿਸ ਦਾ ਔਰੇਂਜ ਆਇਆ ਇਹ ਤੇ ਬਹੁਤ ਜ਼ਿਆਦਾ ਦਿਖਦੀ ਪਈ ਆ ਐਦਾਂ ਹੀ ਹੁੰਦਾ ਉਹ ਯਾਰ ਤੇ ਕੀ ਕਰਨਦੇ ਆ ਤੂੰ ਕਢਾਈ ਕੱਢਣ ਦੇ ਸੂਟ ਤੇ ਬਲੂ ਨਾ ਔਰੇਂਜ ਆਏਗਾ ਦੇਖੋ ਮੈਨੂੰ ਕਿਹ ਐਦਾਂ ਨੂੰ
ਬਾਤ ਬਣ ਰਹੀ ਹੈ ये डबल कलर बिगिनर्स के लिए बिल्कुल नहीं है अगर आप बिगिनर्स हो प्लीज ट्राई टू प्ले विद द सिंगल कलर राइट धीरे 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 जाओ और फिर दूसरे कलर तक पहुंचो ओके तो ही ना वो करेंगे एडिटोरियल मेकअप जब मैं कोई फैशन शो च नहीं होंदे ऐदा दे मेकअप ਮੈਂ ਤੈਨੂੰ ਉਹੀ ਤਾਂ ਕਿਹਾ ਸੀ ਸਿੰਪਲ ਹਮਨੇ ਸਿੰਪਲ ਰੱਖਣਾ ਹੈ ਆ ਸਿੰਪਲ ਇੱਦਾਂ ਦਾ ਤੇ ਮੈਂ ਕੱਡੀ ਪਾਰਟੀ ਵੀ ਨਹੀਂ ਕਰਦੀ ਸਾਡਾ ਸਿੰਪਲ ਹੈ ਇਹ ਅੱਛਾ ਲੈਵਲ ਹਾਈ ਸਾਡੇ ਕੋਲ ਇਹ ਓਕੇ ਓਕੇ ਆਈ ਸ਼ੈਡੋ ਹੋ ਗਿਆ ਆਈ ਸ਼ੈਡੋ ਕੰਪਲੀਟ ਥੱਲੇ ਤਾਂ ਨਹੀਂ ਲਾਣਾ ਇਸ ਤੇ ਥੱਲੇ ਤੋਂ ਨਾ ਲਾਉਂਦੇ ਆ ਕਾਰਨਰ ਤੇ ਲਾਉਂਦੇ ਆ ਕਾਰਨਰ ਤੇ ਵੋਲ ਗੁਣਾ ਕਮ ਅਪ ਵਿਦ ਦ ਡਿਫਰੈਂਟ ਕਲਰ ਅਬ ਬਟ ਡਿਪਰੈਸ਼ਨ ਨਾ ਲਾਓ ਸਾਰੇ ਕਾਰਨਰ ਤੇ ਲਾ ਜਾਣਾ ਨੱਕ ਤੇ ਓਏ ਆਈਬ੍ਰੋ ਦਾ ਬ੍ਰਸ਼ ਹੈ ਆਹ ਤੇ ਆਈਬ੍ਰੋ ਨਹੀਂ ਲੱਗਾ ਲੱਗੇ ਤੁਸੀਂ ਮਸਕਾਰਾ ਮੈਂ ਕਿ ਕੋਰਨਰ ਚ ਖੋਬਣ ਲੱਗੇ ਗਏ ਯਾ ਇਹਨਾਂ ਤੋਂ ਹੀ ਪਾਊਡਰ ਰਿਮੂਵ ਕਰ ਸਕਦੇ ਆ ਹਾਂ ਜ਼ਿਆਦਾ ਚੰਟ ਨਾ ਬਣਾਓ ਮੈਨੂੰ ਪਤਾ ਤੁਸੀਂ ਕਿੱਥੇ ਲੈ ਕੇ ਗਏ ਸੀ ਇਹਨੂੰ ਕਿੱਥੇ ਲੈ ਕੇ ਆਈ ਬੈਕ ਰਿਵਾਈਂਡ ਗੱਲ ਹੈ ਨਾ ਤੁਹਾਡਾ ਆਈਲੈਸ਼ਸ ਦੇ ਕੋਲ ਆਇਆ ਸੀ ਇਹ ਬ੍ਰਸ਼ ਨਾ ਨਾ ਇਹਨੂੰ ਥੋੜਾ ਜਿਹਾ ਤੁਸੀਂ ਐਡਾਂ ਟੈਪ ਵਰਕ ਯੂ ਕੈਨ ਲੈ ਕਲੀਨਿੰਗ ਕਲੀਨਿੰਗ ਓਕੇ ਲਾਈਨਰ ਲਾ ਦੋ ਨਾ ਤੁਸੀਂ ਕਿਹਾ ਮੈਂ ਬਰੀਕੀ ਵਾਲੇ ਕੰਮ ਬਹੁਤ ਵਧੀਆ ਕਰਦਾ ਲਾਈਨਰ ਕਿੱਥੇ ਲਿਪ ਲਾਈਨਰ ਨਹੀਂ ਇਹ ਤਾਂ ਉਹ ਆ ਐਂਡ ਬਰੀਕੀ ਵਾਲਾ ਅੱਖਾਂ ਦੇ ਅੰਦਰ ਨਾ ਲਾਓ ਆ ਓਕੇ ਅੰਨਾ ਕਰ ਦੋਗੇ ਅਬ ਆਪ ਬਤਾਓ ਆਪ ਹਿਰਨੀ ਜੈਸੀ ਆ ਕੇ ਜਾਤੇ ਹੋ ਜਾਂ ਰੇਖਾ ਮੈਡਮ ਜੈਸੀ ਆ ਕੇ ਰੇਖਾ ਮੈਡਮ ਜੈਸੀ ਤੂੰ ਤੇ ਬ੍ਰਸ਼ ਚੱਕਣ ਹੀ ਨਹੀਂ ਦੇ ਸਿੱਧੀ ਲਾਈਨ ਬਿਲਕੁਲ ਉਹ ਨੁੱਕਰ ਤੋਂ ਲਿਆਉਂਦੇ ਆ ਨਹੀਂ ਆ ਵਿੱਚ ਕੀ ਨੀ ਆ ਦੇਖੋ ਅੱਖ ਖੁੱਲੀ ਹੈ ਵਿੱਚ ਜਗ੍ਹਾ ਨਹੀਂ ਹੈਗੀ ਆ ਕਿਉਂਕਿ ਤੂੰ ਹਿੱਲ ਗਈ ਹੈ ਕੁੜੀਏ ਤੂੰ ਹਿੱਲ ਗਈ ਹੈ ਭਰੋਗੇ ਨਹੀਂ ਹੈ ਹੂੰ ਭਰੋਗੇ ਕੀ ਭਣਾ ਇਹਨੂੰ ਹੁਣ ਮੈਂ ਪੈਰੀ ਤੇ ਨੇ ਮੈਂ ਕਿੱਡੀ ਖਿੱਚ ਗਿਆ ਤੂੰ ਇਹਦੇ ਅੰਦਰੋਂ ਲਿਆ ਤੂੰ ਕਿਉਂ ਮੈਨੂੰ ਬਰੀਕੀ ਬੜੀ ਆਉਂਦੀ ਹੈ ਤੂੰ ਹੁਣ ਓਕੇ ਓਕੇ ਡਨ ਓਕੇ ਇਹ ਕੀ ਹੈ ਭਾਈ ਇਹ ਕੀ ਹੈ ਕਰੋ ਨਾ ਇੰਨਾ ਪੜਾਈਆਂ ਕੀਤੀਆਂ ਕੀ ਫਾਇਦਾ ਲੈ ਸੈਂਸੇਸ਼ਨਲ ਮਸਕਾਰਾ ਤੁਸੀਂ ਲੈਸ਼ਸ ਵੀ ਲਾਉਣੀਆਂ ਮੇਰੇ ਉਹ ਤੇ ਮੇਰਾ ਬੈਸਟ ਪਾਰਟ ਹੈ ਇਹ ਮਾੜਾ ਹੈ ਐਂ ਤਾਂ ਜੀ ਇਹਨਾਂ ਕਾਲਾਪਨ ਜਿਹੜਾ ਨਾ ਗੂੜਾ ਹੋ ਜਾਂਦਾ ਕਾਲਾਪਨ ਗੂੜਾ ਹੋ ਜਾਂਦਾ ਹੈ ਫਿੱਕਾਪਨ ਗੂੜਾ ਫਿੱਕਾਪਨ ਗੂੜਾ ਹੋ ਜਾਂਦਾ ਓਕੇ ਦੇਸ ਇਫ ਯੂ ਆਰ ਯੂਸ ਕੀ ਹੈ ਬਲਸ਼ ਪੈਲਟ ਇਹਨਾਂ ਮੇਕਅਪ ਸੈੱਟ ਹੋ ਜਾਣਾ ਮੇਕਅਪ ਸੈੱਟ ਕਰਨ ਦੀ ਬੜੀ ਪਈ ਆ ਤੁਹਾਨੂੰ ਤੇ ਪਹਿਲਾਂ ਕੀ ਕੀਤਾ ਸਭ ਤੋਂ ਪਹਿਲਾਂ ਮੇਰਾ ਮੇਕਅਪ ਸੈੱਟ ਕਰੇ ਤਾਂ ਬਿਨਾਂ ਕੀਤੇ ਡਬਲ ਸੈੱਟ ਹੋਣਾ ਹੈ ਆਹ ਤੇ ਲਾਲੀ ਦਾ ਨਹੀਂ ਹੈ ਆਹ ਉਹ ਤੇ ਸੈੱਟ ਕੀ ਹੋਣਾ ਲਾਲੀ ਨਾਲ ਤੇ ਗੱਲਾਂ ਲਾ ਲੋਣੀਆਂ ਤੂੰ ਤਾਂ ਮੈਨੂੰ ਪੜੋ ਲਿਆ ਮੈਂ ਮੂੰਹ ਸਜਾਤਾ ਮੇਰਾ ਜਿੱਦਾਂ ਕੁੜੀ ਗੁੱਸਾ ਨਹੀਂ ਹੁੰਦੀ ਇਹਨਾਂ ਉਹ ਯਾਰ ਸਾਰੇ ਮੂੰਹ ਤੇ ਲਾਈ ਜਾਂਦੇ ਆ ਬਸ ਇੱਥੇ ਹੀ ਗਾ ਇੰਨਾ ਕੁ ਲਾਉਣਾ ਹੁਣ ਜਦੋਂ ਕੁਝ ਕਰਨ ਲੱਗੇ ਆ ਤੇ ਕਰ ਲੈਣ ਦੋ ਮੈਨੂੰ ਕੋਈ ਡੱਬੀ ਚੱਕ ਲੈਂਦਾ ਸੈਟਿੰਗ ਹੀ ਹੁਣ ਕਰਨੀ ਹੈ ਡਨ ਹੀ ਹੈ ਨਾ ਤੁਹਾਨੂੰ ਕੋਈ ਪਾਰਟ ਮੂੰਹ ਦਾ ਖਾਲੀ ਨਹੀਂ ਲੱਗਣ ਦਿਆ ਲਿਪਸ ਲਿਪਸ ਓਕੇ ਆ ਲਿਪਸਟਿਕ ਲੱਕੀ ਲਿਪਸ ਵੇਖੋ ਤੇ ਕਿਹੜਾ ਰੰਗ ਲੈਣਾ ਚਾਹੋਗੇ ਸਿੰਪਲਿਸਿਟੀ ਵਾਲਾ ਸਿੰਪਲਿਸਿਟੀ ਹੈ ਤੇ ਹੋਰ ਉਹ ਮੈਂ ਰੈੱਡ ਕਲਰ ਲਗਾਉਣੇ ਵਾਲੇ ਆ ਤੇ ਟੁੱਟ ਗਿਆ ਟੁੱਟ ਨਹੀਂ ਗਿਆ ਖਲਾਰਤਾ ਤੁਸੀਂ Thank you.
ਬਸ ਇਹਨੂੰ ਐਂ ਕਰ ਲਾ ਨਹੀਂ ਹੋਰ ਕਰ ਤਾਂ ਲੈਣ ਦੇ ਹਜੇ ਮੈਂ ਡਨ ਨਹੀਂ ਹੋਣਾ ਐਂ ਕਰ ਲਾ ਐਂ ਕਰ ਲਾ ਜਲੂਸ ਨਿਕਲ ਗਿਆ ਕੁੜੀਏ ਤੇ ਹੋਰ ਤੁਸੀਂ ਨੈਚੁਰਲ ਆ ਸੰਤਰੀ ਕੌਣ ਲਾਉਂਦਾ ਹੋਰ ਕੁਝ ਕਮੀ ਲੱਗਦੀ ਹੋਏ ਬਿੰਦੀ ਬਿੰਦੀ ਕਿਹੜੀ ਖੁਸ਼ੀ ਚ ਮੈਂ ਸੂਟ ਪਾਇਆ ਦਾ ਫਿਰ ਬਸ ਹੁਣ ਸਪਰੇ ਪਤਾ ਕੀ ਮੇਰਾ ਉਧਰ ਹੱਥ ਨੀ ਪੈਂਦਾ ਪਿਆ ਤੇ ਉਹ ਵਾਲਾ ਪਾਸਾ ਤੇਰਾ ਰਹਿ ਜਾਣਾ ਜੀ ਉਹ ਵਾਲੇ ਪਾਸਿਓਂ ਤੂੰ ਫੜੀ ਜਾਣਾ ਜੀ ਇਧਰੋਂ ਬੜੀ ਮੈਂ ਉਹ ਆ ਨਾ ਇਧਰੋਂ ਤੇ ਜਿੱਦਾਂ ਲੋਕਾਂ ਨੇ ਕਹਿਣਾ ਕਿ ਸੈੱਟ ਕਰ ਦੋ ਹੁਣ ਜਿਹੜਾ ਸ਼ੁਰੂ ਲੱਗਾ ਜੇ ਘੱਟ ਆ ਕਸਰ ਆ ਬਿਗਨਿੰਗ ਜੇ ਕਹਿੰਦੇ ਸੈੱਟ ਕਰਨਾ ਸਪਰੇ ਲੌਂਗ ਲਾਸਟਿੰਗ ਪਰ ਮੈਨੂੰ ਲੱਗਦਾ ਤੈਨੂੰ ਧੋਣਾ ਵੀ ਪੈਣਾ ਨਹੀਂ ਮੈਂ ਰੱਖ ਕੇ ਜਾਣਾ ਪਾਰਟੀ ਤੇ ਬਾਬਾ ਜੀ ਲੈਸ਼ਿਸ ਬਹੁਤ ਤਗੜੀਆਂ ਲੈਸ਼ਿਸ ਆ ਲੈਣੀਆਂ ਨੀ ਭੁੱਲਣਾ ਕਿਹੜੇ ਬਾਬਾ ਜੀ ਨੂੰ ਦੱਸਣੀਆਂ ਲੈਸ਼ਿਸ ਤੇ ਐਕਸਪਰਟ ਤੋਂ ਐਕਸਪਰਟ ਨੂੰ ਨੀ ਲਾਣੀਆਂ ਆਉਂਦੀਆਂ ਤੁਸੀਂ ਕੀ ਕਰ ਲੈਣਾ ਤੁਸੀਂ ਕਿਹੜੇ ਬਾਗ ਦੀ ਮੂਲੀਆਂ ਯੇ ਜੋ ਲੈਸ਼ਿਸ ਹੈ ਇਤਨੀ ਅੱਛੀ ਲੈਸ਼ਿਸ ਹੈ ਮੁਝੇ ਨਹੀਂ ਲੱਗਤਾ ਕਿ ਮੈਂ ਇਤਨੀ ਬੜੀਆ ਲੈਸ਼ਿਸ ਸੇ ਮੈਂ ਜਸਟਿਸ ਨਹੀਂ ਕਰ ਪਾਊਂਗਾ ਓਕੇ ਔਰ ਯੇ ਮੁਹਤਰਮਾ ਖੁਦ ਆਪ ਲਗਾਏਗੀ ਨਹੀਂ ਨਹੀਂ ਕਰੋ ਲਾਲਾ ਨਹੀਂ ਗਲੂ ਤੇ ਲਾਓ ਬਿਨਾ ਗਲੂ ਤੋਂ ਨਹੀਂ ਲੱਗਦੀਆਂ ਪਿਆਰੀਏ ਲੱਤ ਤੇਰਾ ਗਲੂ ਲਾ ਲੈ ਆਪਣੀ ਲੈ ਲੈਸ਼ ਤੂੰ ਨਾ ਆਪਣੀ ਲੱਤੇ ਰੱਖ ਕੇ ਬਹਿ ਗਿਆ ਆ ਹਾ 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 ਕਮਾਲ ਕਰ ਛੱਡਿਆ ਜੀ ਯੂ ਉੱਪਰ ਧਰਨੀ ਹੈ ਬਸ ਹੁਣ ਕਰ ਲਾ ਆਪ ਹੀ ਕਰ ਲਾ ਐਦਾਂ ਨਹੀਂ ਹੁੰਦਾ ਆਪ ਨਹੀਂ ਹੁੰਦਾ ਕੋਈ ਨਹੀਂ ਤੂੰ ਇੱਦੀ ਲਾਓ ਉਹ ਲਾ ਵੀ ਗਲਤ ਪਾਸੇ ਦਿੱਤੀ ਆ ਕੀ ਮਤਲਬ ਜਿਹੜਾ ਵੱਡਾ ਪਾਸਾ ਹੁੰਦਾ ਉਹ ਬਾਹਰ ਨੂੰ ਹੁੰਦਾ ਆਹ ਵਾਲੀ ਲੈਸ਼ ਇਸ ਅੱਖ ਦੀ ਸੀਗੀ ਤੇ ਮੈਨੂੰ ਤੂੰ ਪਹਿਲਾਂ ਆਹ ਵਾਲੀ ਅੱਖ ਕਿਉਂ ਮੂਰੇ ਕੀਤੀ ਮੇਰੇ ਤੂੰ ਤੇ ਐਕਸਪਰਟ ਬਣਿਆ ਜਲਦੀ ਕਰੋ ਯਾਰ ਮੇਰੇ ਹੁਣ ਪੇਸ਼ੈਂਸ ਖਤਮ ਹੋਣ ਦੇ ਤੂੰ ਬਹੁਤ ਜਲੂਸ ਕੱਢਦਾ ਮੇਰਾ ਓ ਯਾਰ ਡੋਲਣਾ ਰਹੇ ਮੈਂ ਡੋਲਾ ਇੰਨੀ ਸੋਹਣੀਆਂ ਅੱਖਾਂ ਬਣਾਈਆਂ ਜਿਹੜੀਆਂ ਤੇ ਖਰਾਬ ਕਰ ਦੇਣੀਆਂ ਮੈਨੇ ਪਹਿਲੇ ਬਤਾ ਦਿਆ ਥਾ ਕਿ ਲੈਸ਼ਿਸ ਕਾ ਮੁਝੇ ਇਤਨਾ ਮੈਂ ਐਕਸਪਰਟ ਨਹੀਂ ਹੂੰ ਬੰਦਾ ਬਾਕੀ ਚੀਜ਼ਾਂ ਲਿਖ ਸਪੋਰਟ ਠੀਕ ਆ ਓਕੇ ਦੋਸਤੋ ਤੋ ਇਹ ਹੈ ਫਿਨਿਸ਼ ਮੇਕਅਪ ਲੁੱਕ ਆਈ ਹੋਪ ਆਪਨੇ ਇਹ ਵੀਡੀਓ ਕੋ ਇੰਜੋਏ ਕੀਤਾ ਹੋਗਾ ਔਰ ਇਦਾਂ ਦਾ ਮੂੰਹ ਲੱਗ ਹੁਣ ਮੈਂ ਕਿੱਥੇ ਜਾਵਾਂ ਚੰਗਾ ਹੈ ਸਰਕਾਰ ਨੇ ਲੋਕਡਾਊਨ ਕੀਤਾ ਹੁਣ ਇਦਾਂ ਦਾ ਮੂੰਹ ਲੱਗ ਕੇ ਬਾਹਰ ਜਾਣ ਦੀ ਲੋੜ ਨਹੀਂ ਆ ਸੋ ਇਹ ਹੈ ਮੇਰੇ ਹਸਬੈਂਡ ਕਾ ਬਹੁਤ ਹੀ ਨੈਚੁਰਲ ਬਹੁਤ ਹੀ ਬੈਕ ਟੂ ਬੇਸਿਕ ਮੇਕਅਪ ਲੁੱਕ ਔਰ ਅਗਰ ਇਹਨੇ ਡਰਮੈਟਿਕ ਕਰਨੇ ਕੇ ਲਈ ਕਹੇਂਗੇ ਤੋ ਪਤਾ ਨਹੀਂ ਵੋ ਕਿਆ ਕਰ ਦੇਂਗੇ ਸੋ ਯਾ ਦੈਟਸ ਇਟ ਆਈ ਹੋਪ ਆਪਨੇ ਇਹ ਵੀਡੀਓ ਕੋ ਇੰਜੋਏ ਕੀਤਾ ਹੋਗਾ ਅਗਰ ਕੀਤਾ ਹੈ ਤੋ ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ ਲਾਈਕ ਕਰੇ ਔਰ ਕਮੈਂਟ ਬਾਰ ਮੈਂ ਬਤਾਏ ਕਿ ਆਪਕੋ ਇਸ ਵੀਡੀਓ ਮੈਂ ਸਭ ਤੋਂ ਜ਼ਿਆਦਾ ਅੱਛਾ ਕਿਆ ਲਗਾ ਹਮ ਮਿਲੇਂਗੇ ਨਏ ਵੀਡੀਓ ਮੈਂ ਤਬ ਤੱਕ ਲਈ ਆਪਣਾ ਖਿਆਲ ਰੱਖੇ ਔਰ ਘਰ ਮੇ ਰਹੇ ਸਟੇ ਹੋਮ ਸਟੇ ਸੇਫ ਦੈਟਸ ਰੀਲੀ ਇੰਪੋਰਟੈਂਟ ਔਰ ਆਪਣੇ ਹੈਂਡ ਵਾਸ਼ ਕਰਤੇ ਰਹੇ ਅਗਰ ਬਾਹਰ ਜਾਣਾ ਵੀ ਪੜਤਾ ਹੈ ਤੋ ਲੋਗੋ ਸੇ ਦੂਰੀ ਬਣਾ ਕੇ ਰੱਖੇ ਔਰ ਯਾ ਇਸ ਸਮੇਂ ਅਗਰ ਆਪ ਘਰ ਮੈਂ ਕੁਛ ਵੀ ਖਾਸ ਨਹੀਂ ਕਰ ਰਹੇ ਤੋ ਇਟਸ ਓਕੇ ਬਸ ਘਰ ਮੇ ਰਹੇ ਲਾਈਕ ਕੋਈ ਖਾਸ ਚੀਜ਼ ਅਚੀਵ ਕਰਨੇ ਕੀ ਜ਼ਰੂਰਤ ਨਹੀਂ ਹੈ ਬਸ ਸੇਫ ਰਹਿਣੇ ਕੀ ਜ਼ਰੂਰਤ ਹੈ ਫਿਲਹਾਲ ਆਈ ਹੋਪ ਇਹ ਸਾਰੀ ਚੀਜ਼ਾਂ ਜਲਦੀ ਫਿਨਿਸ਼ ਹੋ ਜਾਏ ਹਮਾਰਾ ਇੱਕ ਜ਼ਰੀਆ ਥਾ ਆਪਕੋ ਥੋੜ੍ਹਾ ਹਸਾਨੇ ਕਾ ਆਈ ਨੋ ਆਵਰ ਸੀਰੀਅਸ ਡੈਮ ਸੀਰੀਅਸ ਔਰ ਮੁਝੇ ਮੇਰੇ ਸੋਸ਼ਲ ਮੀਡੀਆ ਪੇ ਫੋਲੋ ਕਰ ਲਈ ਕਿਉਂਕਿ ਜਬ ਮੈਂ ਯਹਾਂ ਪੇ ਅਪਲੋਡ ਨਹੀਂ ਕਰ ਪਾਤੀ ਹੂੰ ਤੋ ਮੈਂ ਇੰਸਟਾਗ੍ਰਾਮ ਪੇ ਐਕਟਿਵ ਰਹਿਤੀ ਹੂੰ ਸੋ ਯਾ ਸਾਰੇ ਮੇਰੇ ਸੋਸ਼ਲ ਮੀਡੀਆ ਕੇ ਲਿੰਕ ਡਿਸਕ੍ਰਿਪਸ਼ਨ ਬਾਕਸ ਹੈ ਹੈ ਲਲੂ ਵਧੀਆ ਹੋ ਰਿਹਾ ਮਾੜਾ ਨਹੀਂ ਬਹੁਤ ਵਧੀਆ